अगली खबर का रुख करते हैं। जेलां जो ने सुरखियां दे विच बढ़िया हुई ने, सुरखियां दे विच जेलां तो जो गोइंदवाल जेल उत्थों की खबर है, जेल दे विच मुलजम ऐश करते हुए नजर आ रहे। इंस्टाग्राम से स्टोरी बना के पाई जा रही है ना, मुलजमान के वलों रील्स बना के इंस्टाग्राम से अपलोड की जा रही ने। तरन तारण कपड़ा व्यापारी के मुलजम जेल दे विच रीला बना रहे हैं। दस दिए कि तरन तारण दे विच जेल व्यापारी का कतल कर दिता गया सी, जिस तो बाद कार्रवाई करते हुए मुलजमान को गिरफ्तार किया गया। तो हुण जेल दे विचों इन्हां मुलजमान दीआं तस्वीरां देखण नूं मिल रहीआं, जिस दे विच इह साफ देखिया जा रहा है कि किस तरह वो जेल दे विच ऐश कर रहे हैं। तो दूसरी गल कि फोन की वरतों जेल दे विच कीती जा रही है, फोन की मदद दे नाल इंस्टाग्राम चला के उत्थे रील्स अपलोड कीतियां जा रहीआं ने, स्टोरीज पाईआं जा रहीआं ने। इस वक्त खबर से वधेरी जानकारी दे लई साडे पत्रकार मनीष सा नाल जुड़ चुके ने। जी मनीष, ये जो तस्वीर है वो कई तरह के सवाल खड़े कर रही है, सिर्फ ना सिर्फ ऐश से बल्कि जेल दे विच फोन होने पर भी। दस दिए कि तरन तारण कपड़ा व्यापारी तो बाद पिंड दे वल्लों इंसाफ की मांग की गई थी, पुलिस दे वल्लों कार्रवाई करते हुए मुलजमान जेल दे विच बंद किया गया। पर हुण अजिहियां तस्वीरां इंसाफ मिलन ते भी कई तरह के सवाल खड़े कर दिया ने कि मुलजम जेलां दे विच तां बंद किए जाते हैं ताकि सज़ा दी जाए, सज़ा मिलती है उन्होंने, पर अजिहियां तस्वीरां जिस दे विच ओह ऐश करते नजर आ रहे हैं कई तरह के प्रशासन से भी सवाल चुक दिया ने। इस खबर से वधेरी जानकारी दे लई साडे पत्रकार मनीष साडे नाल जुड़ चुके ने। जी मनीष, ये जो रील्स है कई तरह के सवाल खड़े कर दी है, ना सिर्फ ऐश से बल्कि जेल दे विच फोन की वरतों से भी। जी बिल्कुल, फिलहाल जी है तुसी देखोगे कि लगातार जी जेलां ने ਉਹ ਇਸ ਚਰਚਾਵਾਂ ਚ ਨੇ। ਖਾਸ ਕਰਕੇ ਆਪਾਂ ਗੋਇੰਦਵਾਲ ਸਾਹਿਬ ਜੇਲ੍ਹ ਦੀ ਗੱਲ ਕਰੀਏ, ਜਿੱਥੇ ਕੱਪੜਾ ਵਪਾਰੀ ਗੁਰਜੰਟ ਸਿੰਘ ਦਾ ਜਿਹੜਾ ਪਿੱਛੇ ਕਤਲ ਹੋਇਆ ਸੀ, ਉਹਦੇ ਹੱਤਿਆ ਆਰੋਪੀ ਜਿਹੜੇ ਨੇ ਜੇਲ੍ਹ ਚ ਐਸ਼ ਕਰਦੇ ਨਜ਼ਰ ਆ ਰਹੇ ਨੇ, ਉੱਥੇ ਮੋਬਾਈਲ ਯੂਜ਼ ਕਰਦੇ ਆ ਰਹੇ ਨੇ, ਰੀਲਸ ਬਣਾਉਂਦੇ ਨਜ਼ਰ ਆ ਰਹੇ ਨੇ। ਇਸੇ ਜੇਲ੍ਹ ਦਾ ਜਿਹੜੇ ਡਿਪਟੀ ਜੇਲ੍ਹ ਸੁਪਰਡੈਂਟ ਤਿੰਨ ਹਫ਼ਤੇ ਜਿਹੜੀ ਹੈ ਐਸ ਟੀ ਐਫ ਨੇ ਉਹਨੂੰ ਗ੍ਰਿਫ਼ਤਾਰ ਕੀਤਾ ਸੀ, ਜੇਲ੍ਹ ਚ ਮੋਬਾਈਲ ਤੇ ਨਸ਼ਾ ਮੁਹੱਈਆ ਕਰਵਾਉਣ ਦੇ ਆਰੋਪ ਚ। ਹਜੇ ਤਿੰਨ ਹਫ਼ਤੇ ਵੀ ਨਹੀਂ ਬੀਤੇ ਸੀ, ਲੇਕਿਨ ਉਸ ਤੋਂ ਬਾਅਦ ਫਿਰ ਜਿਹੜੀ ਹੈ ਜੇਲ੍ਹ ਚ ਜਿਹੜੀ ਮੋਬਾਈਲ ਦੀ ਜਿਹੜੀ ਵਰਤੋਂ ਕੀਤੀ ਦਿਖਾਈ ਦੇ ਰਹੀ ਹੈ। ਉਹ ਵੀ ਹਾਰਡਕੋਰ ਜਿਹੜੇ ਨੇ ਆਰੋਪੀ ਨੇ, ਜਿਨ੍ਹਾਂ ਨੇ ਗੈਂਗਸਟਰ ਜਿਹੜਾ ਲਖਬੀਰ ਲੰਡਾ ਹੈ ਉਹਦੇ ਕਹਿਣ ਤੇ ਇੱਥੋਂ ਦੇ ਕੱਪੜਾ ਵਪਾਰੀ ਦੀ ਜਿਹੜਾ ਕਤਲ ਕੀਤਾ ਸੀ, ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਰੀਲ 'ਚ ਦਿਖਾਈ ਦੇ ਰਹੇ ਇੱਕ ਉਹਨਾਂ ਦਾ ਸ਼ੂਟਰ ਹੈ ਜਿਹਨੇ ਗੋਲੀਆਂ ਮਾਰੀਆਂ ਸੀ, ਇੱਕ ਮੁਖਬਿਰ ਕਰਨ ਵਾਲਾ ਉਹਦੇ ਨਾਲ ਹੋਰ ਹਵਾਲਾਤੀ ਨੇ। ਸੋ ਮਤਲਬ ਕਿ ਸਾਫ਼ ਦਿਖਾਈ ਦੇ ਰਿਹਾ ਕਿ ਜੇਲ੍ਹ 'ਚ ਸਰੇਆਮ ਜਿਹੜੀ ਹੈ ਮੋਬਾਈਲ ਦੀ ਵਰਤੋਂ ਕੀਤੀ ਜਾ ਰਹੀ ਹੈ। ਸਵਾਲ ਖੜੇ ਹੁੰਦੇ ਨੇ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਇਹਦੇ ਨਾਲ ਨਾਲ, ਕਿਉਂਕਿ ਜੇਲ੍ਹ ਦੀ ਚੈਕਿੰਗ ਜਿਹੜੀ ਹੈ ਕੁਝ ਸਮੇਂ ਬਾਅਦ ਅਚਾਨਕ ਜਿਹੜੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਕੀਤੀ ਜਾਂਦੀ ਹੈ। ਲੇਕਿਨ ਇਸ ਤਰ੍ਹਾਂ ਦੇ ਲਗਾਤਾਰ ਮੋਬਾਈਲ ਦੀ ਵਰਤੋਂ ਕਿਸੇ ਨਾ ਕਿਸੇ ਜੇਲ੍ਹ ਦੇ ਜਿਹੜੇ ਪ੍ਰਸ਼ਾਸਨ ਦੇ ਉੱਪਰ ਜਿਹੜੇ ਸਵਾਲ ਖੜੇ ਕਰਦੀ ਦਿਖਾਈ ਦੇ ਰਹੀ ਹੈ। ਜੀ ਜੀ, ਇੱਥੇ ਇਹ ਵੀ ਸਵਾਲ ਉੱਠਦਾ ਹੈ ਕਿ ਜਦੋਂ ਵੀ ਜੇਲ੍ਹ 'ਚ ਮੋਬਾਈਲ ਫੋਨ ਮਿਲਦੇ ਨੇ ਤਾਂ ਮਾਮਲਾ ਦਰਜ ਕਰ ਲਿਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ, ਪਰ ਲੋੜ ਹੈ ਸਖ਼ਤ ਐਕਸ਼ਨ ਲੈਣ ਦੀ ਤਾਂ ਜੋ ਇਸ 'ਤੇ ਰੋਕ ਲੱਗ ਸਕੇ, ਇਸ 'ਤੇ ਪੂਰੀ ਤਰੀਕੇ ਦੇ ਨਾਲ ਠੱਲ ਪਾਈ ਜਾ ਸਕੇ। ਜੀ ਬਿਲਕੁਲ, ਇਹ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਦੇਖੋ ਜੇਲ੍ਹ 'ਚ ਜਿੰਨੀਆਂ ਵੀ ਵਾਰਦਾਤਾਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਹੋ ਰਹੀਆਂ ਨੇ, ਖਾਸ ਕਰਕੇ ਜਿਹੜੀ ਵੱਡੀਆਂ ਵਾਰਦਾਤਾਂ, ਚਾਹੇ ਉਹ ਕਿਤੇ ਵਿਸਫੋਟਕ ਦੀ ਜਿਹੜੀ ਹੈ ਬਰਾਮਦਗੀ ਹੈ, ਚਾਹੇ ਹੋਰ ਇਸ ਤਰ੍ਹਾਂ ਦੇ ਹਾਈ ਪ੍ਰੋਫਾਈਲ ਮਰਡਰਸ ਨੇ, ਉਹਨਾਂ 'ਚ ਜਿਹੜੀ ਸਾਜ਼ਿਸ਼ ਹੈ ਉਹ ਜੇਲ੍ਹ 'ਚ ਰਚੀ ਜਾਂਦੀ ਹੈ। ਜੇਲ੍ਹ 'ਚੋਂ ਰਚੀ ਜਾਣ ਦੇ ਕਈ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਨੇ। ਉੱਥੋਂ ਸਾਫ਼ ਹੁੰਦਾ ਕਿ ਜਿਹੜੇ ਜੇਲ੍ਹ 'ਚ ਮੋਬਾਈਲ ਵਰਤੋਂ ਕਰ ਰਹੇ ਨੇ ਉੱਥੋਂ ਦੇ ਜਿਹੜੇ ਬੈਠੇ ਨੇ ਹਾਰਡਕੋਰ ਕ੍ਰਿਮੀਨਲ ਜਿਹੜੇ ਨੇ ਮੋਬਾਈਲ ਵਰਤ ਕੇ ਜਿਹੜੇ ਨੇ ਭਾਵੇਂ ਵਿਦੇਸ਼ 'ਚ ਬੈਠੇ ਆਪਣੇ ਜਿਹੜੇ ਆਕਾ ਨੇ ਜਾਂ ਆਪਣੇ ਸਾਥੀ ਨੇ ਉਹਨਾਂ ਨਾਲ ਸੰਪਰਕ ਬਣਾਉਂਦੇ ਨੇ, ਇੱਥੇ ਆਪਣੇ ਗੁਰਗੇ ਬਣਾਉਂਦੇ ਨੇ, ਉਹਨਾਂ ਨੂੰ ਅੱਗੇ ਜਿਹੜੀ ਹੈ ਅਸਾਈਨਮੈਂਟ ਦਿੱਤੀ ਜਾਂਦੀ ਹੈ, ਟਾਸਕ ਦਿੱਤਾ ਜਾਂਦਾ ਹੈ, ਉਸ ਤੋਂ ਬਾਅਦ ਪੂਰਾ ਦਿੱਤਾ ਜਾਂਦਾ। ਬਾਅਦ 'ਚੋਂ ਜਿਹੜੀ ਹੈ ਪੁਲਿਸ ਜਾਂ ਪ੍ਰਸ਼ਾਸਨ ਹਰਕਤ 'ਚ ਆਉਂਦਾ ਅਤੇ ਉਹਨਾਂ ਨੂੰ ਜੇਲ੍ਹ 'ਚੋਂ ਜਿਹੜਾ ਬਾਅਦ 'ਚੋਂ ਪ੍ਰੋਡਕਸ਼ਨ ਵਾਰੰਟ ਲਿਆਉਂਦਾ ਹੈ। ਲੇਕਿਨ ਜੇ ਇਹੀ ਚੀਜ਼ ਪਹਿਲੇ ਕੀਤੀ ਜਾਵੇ ਜੇਲ੍ਹ 'ਚ ਸਖ਼ਤੀ ਕੀਤੀ ਜਾਵੇ ਮੋਬਾਈਲਾਂ ਦੀ ਵਰਤੋਂ ਦੀ, ਤੇ ਕਿਤੇ ਨਾ ਕਿਤੇ ਜਿਹੜੇ ਇਸ ਤਰ੍ਹਾਂ ਦੇ ਹਾਰਡ ਕ੍ਰਾਈਮਸ ਨੇ ਉਹ ਕਿਤੇ ਨਾ ਕਿਤੇ ਰੁਕਣ ਦੇ ਰੁਕ ਸਕਦੇ ਨੇ। ਜੀ ਜੀ, ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ।